ਕਿੱਥੇ ਮੈਂ ਨਹੀਂ ਭਾਈ ਕਿਸੇ ਦੀ ਚੁਗਲੀ ਕਰਦੀ ਐਵੇਂ ਪਾਪ ਲੱਗੂਗਾ ਬਸ ਨਹੀਂ ਹੋਇਆ ਤੇ ਰੋਕ ਨਾ ਜੋ ਕੰਮ ਰਿਸ਼ਤੇਦਾਰ ਚੁੱਪ ਹਾਏ ਹਾਏ ਵੀ ਕੀ ਆ ਕੀ ਬੜੇ ਕਰੇ ਨੂੰ ਜਦੋਂ ਇਹ ਜਿਹੀ ਕੋਈ ਸਪੀਚ ਆਉਂਦੀ ਹੈ ਤਾਂ ਇਹ ਭੁੱਲ ਜਾਂਦੇ ਨੇ ਕਿ ਮੈਂ ਹੀ ਐਡੀਟਰ ਹਾਂ ਇਹ ਵੀ ਇਹਨਾਂ ਨੇ ਸ਼ੋਅ ਆਫ ਕਰਨਾ ਜ਼ਰੂਰੀ ਸੀ ਸੁਣ ਲਓ ਦੁਨੀਆ ਦਾ ਪਹਿਲਾ ਤੇ ਆਖਰੀ ਝੂਠ ਇਹਨਾਂ ਦਾ ਮੋਹਾਈ ਨਾਲ ਇਹ ਕੁੱਤੇ ਖਾਣੀ ਹੋਣੀ ਬੰਦ ਕਰੋ ਕਿ ਖੈਣ ਵਾਲੇ ਵੀ ਮੋਹਾਲੀ ਦੱਸੀ ਜਾਂਦੇ ਆ ਨਹੀਂ ਮੋਹਾਲੀ ਦੱਸਦਾ ਬ੍ਰੇਕ ਦੇ ਲਈ ਖਿਮਾ ਹੈ ਕਿਉਂਕਿ ਹਮਾਰੇ ਬੀਚ ਮੇਂ ਰਿਸ਼ਤੇਦਾਰ ਆ ਗਏ ਥੇ फैसला कराने माहौल ही दूजे घरे आराम सुनते गल सुन रही है पूरा रल मिलके छित्रो छित्री होना चाहिए रल मिलके गुत्तम गुत्त होना चाहिए घर के अंदर ही होना चाहिए बाहरले बंदे नहीं होने चाहिए जलूस ही दिखाना चाहिए पहले पहले मतलब आउंदे सी रिश्तेदार वधिया भी गल सी क्योंकि चल अजकल तुहाडे बॉस आम सी पर पहला डिवोर्स नहीं सी हुण जदे रिश्तेदार इन्नी जरूर चला के कुत्ते कलेस पैंदा सी दो तीन दिन रहंदा सी पर बारात ब्याह की लई ਵੀ ਮੈਨੂੰ ਉਹਨਾਂ ਬੰਦਿਆਂ ਦੇ ਸਾਹਮਣੇ ਲੈ ਕੇ ਆਇਆ ਤਾਂ ਮੈਂ ਛੱਡ ਛੜਾਈ ਵੀ ਉਹਨਾਂ ਬੰਦਿਆਂ ਸਾਹਮਣੇ ਕਰੂੰ ਪੂਰੇ ਪਿੰਡ ਦੀ ਪਛਾਣ ਹੋਵੇ ਤਾਂ ਉਹ ਗੱਲ ਕਿਤੇ ਨਾ ਕਿਤੇ ਮਾਇਨੇ ਰੱਖਾਉਂਦੀ ਸੀ ਬਾਕੀ ਅੱਜ ਪਹਿਲਾਂ ਰਿਸ਼ਤੇਦਾਰ ਕਿਤੇ ਨਾ ਕਿਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਸੀ ਐਂ ਤਾਂ ਹੈ ਵੀ ਉਹ ਕਹਿੰਦੇ ਨੇ ਵੀ ਫੱਟੇ ਚੱਕ ਤਾਂ ਕਿਤੇ ਨਾ ਕਿਤੇ ਤੁਹਾਨੂੰ ਮਿਲੀ ਜਾਊਗਾ ਜਿਹੜਾ ਕਹਿੰਦਾ ਵੀ ਛੱਡੋ ਇਹਦਾ ਨਸ਼ੇੜੀ ਹੈ ਛੱਡ ਇਹਦਾ ਕਰੈਕਟਰ ਲੂਜ਼ ਹੈ ਇਹੋ ਜਿਹੇ ਤਾਂ ਬਹੁਤ ਮਿਲ ਜਾਣਗੀਆਂ ਮਿਲ ਜਾਣਗੇ ਤਾਂ ਉੱਪਰ ਕੁਛ ਵਿੱਚ ਸਿਆਣੇ ਹੁੰਦੇ ਜਿਹੜੇ ਕਹਿੰਦੇ ਸੀ ਵੀ ਦੇਖ ਲੈ ਵੀ ਘਰ ਟੁੱਟਿਆ ਮੁੜ ਕੇ ਲੋਟ ਨਹੀਂ ਆਉਂਦਾ ਸੋ ਉਹ ਬੰਦਿਆਂ ਦੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਕਮੀ ਹੈ ਕਿਉਂਕਿ ਉਹ ਸਾਰੇ ਕੈਨੇਡਾ ਅਮਰੀਕਾ ਜਾ ਚੁੱਕੇ ਨੇ ਤੇ ਇੱਥੇ ਬਸ ਉਹੀ ਰਹਿ ਚੁੱਕੇ ਨੇ ਜਿਹੜੇ 96 ਸਾਲੀ ਵਾਲੇ ਨੇ ਉਹਨਾਂ ਦੀ ਬਿਜੀ ਲੱਗਦੀ ਕੈਨੇਡਾ ਕਹਿੰਦਾ ਅਸੀਂ ਸਕ੍ਰੈਪ ਦਾ ਮਾਲ ਲੈ ਕੇ ਕੀ ਕਰਨਾ ਹੈ ਕਹਿੰਦੇ ਜੀ ਮੈਂ ਤੁਹਾਨੂੰ ਕਹਾਂ ਹਾਂ ਜਿਹੜੀ ਜਿਹੜੀ ਗੱਲ ਆ ਬਾਈ ਉਹੀ ਗੱਲ ਹੈ ਨਾ ਵੀ ਅੱਜ ਕੱਲ ਸਿਆਣਪ ਪਹਿਲਾਂ ਮਿਲਦੀ ਸੱਥਾਂ ਚੋਂ ਹੁਣ ਸਿਆਣਪ ਮਿਲਦੀ ਹੈ ਸੋਸ਼ਲ ਹਾਂ ਸੋ ਭਾਵੇਂ ਅਸੀਂ ਵੀ ਉਹਦੇ ਵਿੱਚ ਆਉਂਦੇ ਹਾਂ ਖੈਰ ਬੀਗਰ ਦੇ ਵੀ ਸੋਸ਼ਲ ਮੀਡੀਆ ਤੋਂ ਆਏ ਤੇ ਸਮਝਦੇ ਵੀ ਸੋਸ਼ਲ ਮੀਡੀਆ ਨਹੀਂ ਸਮਝਦਾ ਕੋਈ ਨਹੀਂ ਅੱਜ ਕੱਲ੍ਹ ਬੀਗਰ ਦਾ ਹੀ ਹੁੰਦਾ ਚੱਜ ਦੀ ਚੀਜ਼ ਹਾਂ ਚੱਜ ਦੀ ਚੀਜ਼ ਚੱਜ ਦੀ ਚੀਜ਼ ਹੈ ਕਿੱਥੇ ਚੱਜ ਦਾ ਵਿਚਾਰ ਉਹ ਜੀ ਪੈੜੇ ਦਾ ਬੰਗੇ ਨਾਲ ਹੈ ਹਾਂ ਤੇ ਮੈਂ ਨਹੀਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਨਹੀਂ ਪ੍ਰਮੋਟ ਹੋ ਰਹੀਆਂ ਮੈਂ ਬੜਾ ਨੋਟ ਕੀਤਾ ਵਾ ਨਹੀਂ ਹੋ ਰਹੀ ਦੱਸਾਂ ਕਿ ਜਿੰਨਾ ਮਰਜ਼ੀ ਜ਼ੋਰ ਲਾ ਲਾ ਜੋ ਕਿਤਾਬਾਂ ਜੋ ਮਿਲਣਾ ਕਿਤਾਬਾਂ ਜੋ ਮਿਲਣਾ ਸੋਸ਼ਲ ਮੀਡੀਆ ਜਿਸਾ ਕੀ ਆ ਜਿਵੇਂ ਆਪਾਂ ਗੂਗਲ ਤੇ ਕੋਈ ਵੀ ਟੌਪਿਕ ਸਰਚ ਮਾਰਦੇ ਆ ਉਹ ਅੱਗੇ ਉਹਨਾਂ ਨੇ ਬਸ ਤੇਰੇ ਮੇਰੇ ਵਰਗੇ ਨੂੰ ਦੇਣਾ ਹੁੰਦਾ ਟੌਪਿਕ ਵੀ ਤੂੰ ਆ ਟੌਪਿਕ ਤੇ ਮੈਨੂੰ ਲਿਖ ਕੇ ਦੇ ਦੇ ਉਹ ਬੰਦੇ ਨੇ ਖਬਰਾਂ ਕਿੱਥੋਂ ਚੱਕਿਆ ਕਿੱਥੋਂ ਨਹੀਂ ਜੇ ਜ਼ਰੂਰ ਹੈ ਜੇ ਬੁੱਕ ਚੋਂ ਪੜ੍ਹਿਆ ਤਾਂ ਰੈਫਰੈਂਸ ਲਿਖੀ ਹੁੰਦੀ ਹੈ ਥੱਲੇ ਵੀ ਆਹ ਬੁੱਕ 'ਚ ਹੈਗੀ ਹੈ ਚੀਜ਼ ਤਾਂ ਹੁਣ ਮਤਲਬ ਹੈ ਨਹੀਂ ਫੇਕ ਆ ਸਾਰਾ ਸੋਸ਼ਲ ਮੀਡੀਆ ਸਾਰਾ ਕੁਛ ਲੈ ਵੀ ਆਪਾਂ ਹੁਣ ਇੱਧਰਲੇ ਰਿਸ਼ਤੇਦਾਰਾਂ ਦੀ ਤਾਂ ਗੱਲ ਕਰ ਲਈ ਵੀ ਜਿਹੜੇ ਸਾਡੇ ਇੱਧਰ ਪੰਜਾਬ ਵਾਲੀ ਸਾਈਡ ਨੇ ਥੋੜ੍ਹੇ ਜਿਹਾ ਆਪਾਂ ਹੁਣ ਜਿਹੜੇ ਸਾਡੇ ਰਿਸ਼ਤੇਦਾਰ ਬਾਹਰ ਚੱਲ ਜਾਂਦੇ ਨੇ ਉਹਨਾਂ ਵੱਲ ਵੀ ਝਾਤੀ ਮਾਰੀ ਜਾਵੇ ਉਹ ਕਿਵੇਂ ਅੱਜ ਇਸ ਖਾਸ ਗੱਲਬਾਤ ਤੋਂ ਪਰੇ ਰਹਿੰਦੇ ਨੇ पढ़ाई करके चल जा बारे कर मैं नहीं जा सकते चल कले कले प्रोग्राम सेट नहीं तू बाहर जा उ पढ़ पुड़ की करे एम ए करके बैठ गए मतलब मैं कर ਕੀ ਪੜ੍ਹ ਲਾ ਮੈਂ ਪਿੱਛੇ ਵੀ ਦੇਖਣਾ ਹੈ ਨਹੀਂ ਪਰ ਮੈਂ ਤੁਹਾਨੂੰ ਇਹਦੇ ਉਲਟ ਇੱਕ ਦੱਸਦਾ ਮੇਰੇ ਤਾਂ ਬਾੜੀ ਜ਼ਹਿਰ ਭਰੀ ਪਈ ਯਾਰ ਰਿਸ਼ਤੇਦਾਰਾਂ ਤੋਂ ਮੈਂ ਸੋਚਿਆ ਹੁਣ ਮੈਂ ਤੁਹਾਨੂੰ ਹੋਰ ਇੱਕ ਦੇ ਉਲਟ ਦੱਸਾਂ ਵੀ ਸਾਡਾ ਨਾ ਵੀ ਰਿਸ਼ਤੇਦਾਰ ਉਹ ਬਾਹਰ ਗਿਆ ਵਾ ਉਹ ਨਾ ਵਧੀਆ ਐਨ ਚਲੋ ਉਹ ਬਾਹਰ ਜਾ ਕੇ ਬੰਦੇ ਨੇ ਮਿਹਨਤ ਮੂਹਨਤ ਕਰੀ ਹਨਾ ਲੋਟ ਉਹਨੇ ਫੋਨ ਫੋਨ ਵਧੀਆ ਗੱਡੀ ਗੁੱਡੀ ਕੋਠੀ ਕੋਠੀ ਪਾ ਲਈ ਹੁਣ ਸਾਡਾ ਵੀ ਉਹ ਦੇਖ ਕੇ ਕਿਤੇ ਨਾ ਕਿਤੇ ਜੀਤਾ ਕਰਦਾ ਯਾਰ ਵੀ ਆਪਾਂ ਵੀ ਬਾਹਰ ਜਾਈਏ ਇਹ ਵਧੀਆ ਕਰ ਰਿਹਾ ਆਪਾਂ ਵੀ ਐਂ ਕਰੀਏ ਜਦੋਂ ਕਿਤੇ ਆਉਂਦਾ ਹੈ ਜਾਂ ਕਿਤੇ ਫੋਨ ਫੋਨ ਉਹਦਾ ਲੱਗ ਜਾਂਦਾ ਤਾਂ ਉਹਨੂੰ ਪੁੱਛੀਦਾ ਵੀ ਬਾਈ ਮੇਰਾ ਵੀ ਬਣਾ ਦੇ ਯਾਰ
दस भी किए की हिसाब किताब करिए समझ गया तू की कह कर यार ना ना ऐसे तो भाई बेनती बहुत है भाई कुत्ते खानी होंगी है कम तो है ही नहीं ना भीरे कोई फायदा नहीं आने का अपना देश लख दा जे चंगा है ऐश है भीरे इतने ऐश उत्थे रहो नाले मौज जट है अपनी मर्जी ना उठो अपनी मर्जी ना सोवो हुण तू की दसीए आप दी मर्जी ना पैसा नहीं ना आंदा है आप दी मर्जी ना ओही ते कहंदा भी पैसे दा तो सारा रौड़ा है थोड़ा कोई इस तरह बाहर नहीं गा सारे बाहर ने बट सारे वधिया ने अगला नजर देख लगे तो मंग नहीं की जिन्हें चंगी बनती हो गिरना नहीं चाहिए लिट जाना चाहिए फोन फरोड़ा बैग फरोड़ा जो फोन कर चीजा कर फिर शायद मिलता भी चीज ए चीज पखो जो देखियो गलत चीज बन जी मैं जो रिश्ते ने खैर रिश्ते गल कर आईफोन है नहीं कहूगा मैं चंगा नहीं लगता बहुत कॉम्प्लीकेटेड है जिन्हें लक्षण खिला रहे होंगे सही है हम सानू पता कि बाबू सोना कितने बोल हों पर जिन्हें बोले होंगे यार क्यूटनेस है करना पैदा मेरे सोना बाबू का तू लागे करने चल खैर ठीक है जी तू पेंपरिंग रिश्ता नहीं मिलना कर दो यार तुसी इन्ने काले तुसी साक करा दो कर दो कर दो कर दो जे पुछो भी हां जी तुसी की करवाना लै असी तेरे पोते पोते देख लांगे जीत बाबे दा गाना है रोटी खाधी है कि नहीं मां पुछदी डालर कमाना बाकी सारे पुछ ले रिश्तेदार डालर ही पुछ ले बिल्कुल रोटी रोटी का बस एक ही जाना पुछ रहा वो तो ऐ कहंदे ने भी अच्छा होर पुत ठीक है हां जी ठीक है जी अच्छा होर किन्ने क बना लंदा है जी बन जने घंटे के 14 अच्छा फिर 70 ना नाल गुणा भी कर दे वो सही गल है तो मिल जेड़े देश गए हुण ना पवा कख दा ना पता होवे तो 5 रुपए दी चीज ना लेनी होंदी होवे वो देश दे
ਉਹ ਪਤਾ ਕੋਈ 70 ਚੱਲਦਾ ਬਾਈ ਕਮਜ਼ੋਰ ਹੁੰਦੇ ਸੀ ਕਿ ਉਹ ਪਛਦੇ ਨੇ ਉਹਨਾਂ ਨੂੰ ਐ ਲੱਗਣਾ ਵੀ ਹੁਣ ਅੱਛਾ ਕਿਹਨਾਂ ਨੂੰ ਵੀ ਪਛਦਾ ਮੈਂ ਕਹਿ ਰਿਹਾ ਵੀ ਆਪਾਂ ਮੁੜ ਕੇ ਰਿਸ਼ਤੇਦਾਰਾਂ ਨਾਲ ਲਾਈਏ ਮੇਰੀ ਬੇਇੱਜ਼ਤੀ ਰਿਸ਼ਤੇਦਾਰਾਂ ਦੀ ਬੇਇੱਜ਼ਤੀ ਕਰਦੀ ਹੈ ਪਰਸਨਲ ਕੁਐਸਚਨ ਹੈ ਜੇ ਮੈਂ ਤੂੰ ਬਿਮਾਰ ਹੋਵੇ ਪੂਰਾ ਬਿਮਾਰ ਹੋ ਰਿਹਾ ਐਕਸੀਡੈਂਟ ਹੋਇਆ ਤੇਰਾ ਬਿਮਾਰ ਆ ਨਹੀਂ ਪੂਰਾ ਬਿਮਾਰੀ ਨਾਲ ਚੱਲ ਰਿਹਾ ਹਫ਼ਤਾ ਕੁ ਦੱਸ ਦੇ ਰਿਹਾ ਬਿਮਾਰ ਮੈਂ ਤੈਨੂੰ ਪੁੱਛਾਂ ਮੈਂ ਤੈਨੂੰ ਨਾ ਫੋਨ ਫੋਨ ਕਰਕੇ ਪੁੱਛਾਂ ਵੀ ਬਈ ਕਿਵੇਂ ਕਿਵੇਂ ਤੇਰਾ ਚੱਲ ਜੂਗਾ ਮੈਂ ਬਈ ਜ਼ਿੰਦਗੀ 'ਚ ਤੁਸੀਂ ਕਿਸ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਉਹ ਰੋ ਇੰਨੇ ਡੂੰਘਾ ਕੁਐਸਚਨ ਯਾਰ ਸਹੀ ਨਾ ਮੰਗਿਆ ਕੰਮ ਕੀ ਚੱਲ ਜੂਗਾ ਬਈ ਕੰਮ ਨੂੰ ਰੁੱਸੇ ਜਾਣਾ ਨਹੀਂ ਮੈਨੂੰ ਕੀ ਰੁੱਸਣਾ ਯਾਰ ਰਿਸ਼ਤੇਦਾਰ ਬਹੁਤ ਰੁੱਸਦੇ ਨੇ ਤੇਰੇ ਤਰੀਕੇ ਨਾਲ ਇਹਨੇ ਗੱਲ ਪੁੱਛੀ ਤੈਨੂੰ ਸਮਝ ਆਈ ਤੈਨੂੰ ਜਿਵੇਂ ਰਿਸ਼ਤੇਦਾਰ ਇੱਕ ਬੰਦਾ ਇਦਾਂ ਦਾ ਹੁੰਦਾ ਹੈ ਚਲੋ ਰਿਸ਼ਤੇਦਾਰ ਸਾਰਿਆਂ ਚ ਘੁੰਮ ਜਾਂਦੀ ਹੈ ਗੱਲ ਪਰ ਇੱਕ ਪਿੰਡ ਚ ਵੀ ਬੀਬੀ ਇਹ ਜੁੰਦੀ ਹੈ ਸਾਰੇ ਪਿੰਡ ਵਿੱਚ ਟੰਡੋ ਬਰਾ ਪਾ ਦਿੰਦੇ ਸਾਡੇ ਪਿੰਡ ਚ ਹੈਗੀ ਹੈ ਰਾਂਝੇ ਤੋਂ ਹੈ ਇੱਕ ਤੇ ਮਤਲਬ ਕੈਂਟ ਚ ਅਸੀਂ ਉਹ ਰਿਸ਼ਤੇ ਚ ਚਲੋ ਦੇਖ ਵੀ ਲੈਣ ਕੋਈ ਚੱਕਰ ਨਹੀਂ ਰਿਸ਼ਤੇ ਚ ਮਾਸੀ ਉਹ ਲੱਗਦੇ ਨੇ ਮੰਮਾ ਦੇ ਮਤਲਬ ਮੇਰੇ ਨਾਨੀ ਲੱਗੇ ਨੇ ਉਹ ਰੀਅਲ ਮਤਲਬ ਮੰਮਾ ਦੇ ਰੀਅਲ ਮਾਸੀ ਤੇ ਇੰਨੀ ਲੂਤਰ ਆਵਾਜ਼ ਹੈ ਨਾ ਉਹ चुगली कर दी एवं पाप लगूगा मेरे को देखो करो ना सारे पिंड की चुगली भी कर दी फिर कहना मतलब कभी पाप लगूगा आप राधा सौंगी बहुत प्यारे ने मेरे रिश्तेदार बलक दिता है केरा मैं मांग लिया मैं 2000 रुपए पा दो अच्छा पा दें मैं 2 दिन फिर क्या मैं 2000 रुपए लोड़ है पा दो मैं मोड़ दू मैं 5000 की लोड़ है ਤਾਂ ਬਈ ਮੈਂ ਕਿਹਾ ਵੀ ਪਾ ਦਿਓ ਵੀ 2000 ਉਹ ਕੋਈ ਨਾ ਉਹਨੇ ਜਦ ਮਰਜ਼ੀ ਲੈ ਲਈ ਯਾਰ ਕਿੱਡੀ ਗੱਲ ਹੈ ਤੇਰੇ ਤੋਂ ਉੱਪਰ ਹੋਗਾ 2000 ਰੁਪਇਆ ਮੁੜ ਕੇ ਉੱਪਰ ਹੀ ਹੋਗਾ 2000 ਰੁਪਇਆ ਮਤਲਬ ਰਿਸ਼ਤੇਦਾਰਾਂ ਚ ਜਦੋਂ ਆਪਾਂ ਗਏ ਆਪਾਂ ਨੂੰ ਕਿੰਨੀ ਵੱਧ ਤੋਂ ਵੱਧ ਗਰਾਈ ਹੋਈ ਹੋਏਗੀ ਨਹੀਂ ਮੈਂ ਤਾਂ ਯਾਰ ਹਰ ਵਾਰੀ ਹੁੰਦੀ ਐਵੇਂ ਕਹਾਂ ਸੋ ਮਤਲਬ ਕਿੰਨੀ ਕਿੰਨੀ ਮੈਕਸਿਮਮ ਹੋਈ ਹੈ ਤਾਂ ਵੈਸੇ ਸਟਾਰਟਿੰਗ ਚ ਤਾਂ ਪਹਿਲਾਂ ਤਾਂ 100 ਦਿੰਦੇ ਹੁੰਦੇ ਸੀ ਫਿਰ 200 ਹੋ ਗਿਆ ਹੁਣ 500 ਹੋ ਗਿਆ ਮਹਿੰਗਾਈ ਹੋ ਗਈ ਮਹਿੰਗਾਈ ਹੋ ਗਈ ਨਾ ਬੱਚੇ ਦੇ ਖਰਚੇ ਨਹੀਂ ਹੁੰਦੇ ਮੈਂ ਤਾਂ ਬਾਕੀ ਹੋ ਗਏ ਯਾਰ ਡਬਲ ਵਾਰ ਵੀ ਮਿਲ ਜਾਂਦੇ ਨੇ ਕਦੇ ਛੋਟੀ ਤੋਂ ਵੀ ਮਿਲਨੇ ਆ ਬੜੀ ਤੋਂ ਵੀ ਮਿਲਨੇ ਉਧਰੋਂ ਬ੍ਰਦਰ ਵੀ ਦੇ ਦਿੰਦਾ ਹੈ ਵੀ ਚੱਲ ਭੈਣਾ ਹੀ ਆ ਆਖਿਰਕਾਰ ਕਮਾਉਂਦਾ ਹੈ ਆਖਿਰਕਾਰ ਕਮਾਉਂਦਾ ਹੈ ਬਈ ਮੈਨੂੰ ਤਾਂ ਹੁਣ ਬਣਦੀ ਹੋ ਗਈ ਜੀ ਫਿਰ ਬਾਕੀ ਇਹ ਵੀ ਬਾਹਰ ਯਾਦ ਹੈ ਆਉਂਦੇ ਆ ਕਰੇ जवानी दी पेंशन ਸੇਬ ਕਿੰਨੇ ਦੇ ਬਾਈ 250 ਰੁਪਏ ਮੰਮੀਆਂ ਦੀ ਵੀ ਇਹੀ ਗੱਲ ਹੁੰਦੀ ਹੈ ਲੈ ਮਾਂ ਮੈਨੂੰ ਦੇ ਨੇ ਤਾਂ ਲੈ ਮੈਂ ਨਹੀਂ ਲੈ ਕੇ ਗਈ ਜੀ ਉੱਥੇ ਫਰੂਟ ਉਹਨਾਂ ਦੇ ਵਿਆਹੜੇ ਨੂੰ ਨਹੀਂ ਦਿਆ ਮੈਂ 100 ਰੁਪਏ ਲੈ ਆ ਵਿੱਚ ਕੱਟ ਕੇ ਤਾਂ ਟੈਕਸ ਕੱਟ ਕੇ ਨਾ ਮੈਂ ਲੜਕੇ ਨਾ ਕਰਦਾ ਨਾ ਜੀਐਸਟੀ ਕੱਟ ਕੇ ਟੀਡੀਐਸ ਪੈਕੇ ਨਾ ਨਹੀਂ 50 ਰੁਪਏ ਲੈ ਲੈ ਟੌਫੀਆਂ ਹੀ ਖਾਣੀਆਂ ਹੋਣੀਆਂ ਪਹਿਲਾਂ ਤਾਂ ਇਹੀ ਹੁੰਦਾ ਸੀਗਾ ਐ ਨਹੀਂ ਪਤਾ ਵੀ ਹੁਣ ਗੁੱਡੀ ਟੌਫੀਆਂ ਨਹੀਂ ਖਾਂਦੀ ਚਾਕਲੇਟ ਖਾਂਦੀ ਪੀਜ਼ੇ ਬਰਗਰਾਂ ਦੇ ਲੋਕੀ ਸੋ ਜੀ ਅੱਜ ਰਿਸ਼ਤੇਦਾਰਾਂ ਦੇ ਉੱਤੇ ਆਪਾਂ ਗੱਲਬਾਤ ਕਰੀਏ ਸੋ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਕਿਸੇ ਨੂੰ ਵੀ ਗੁੱਸਾ ਲੱਗਿਆ ਤਾਂ ਮੇਰੇ ਤੋਂ ਮਾਫੀ ਮੰਗ ਸਕਦਾ ਹੈ ਮੇਰੇ ਤੋਂ ਵੀ ਯਾਰ ਵੈਸੇ ਮੈਂ ਕੁਝ ਕਿਹਾ ਤਾਂ ਨਹੀਂ ਜ਼ਿਆਦਾ ਲਵ ਯੂ ਹੋਵੇ ਰਿਸ਼ਤੇਦਾਰਾਂ ਤੋਂ ਪੂਰਾ ਲਵ ਯੂ ਆ ਸੋ ਜੀ ਰਿਸ਼ਤੇਦਾਰੋ ਤੇ ਆ ਐਪੀਸੋਡ ਦੇਖਿਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਅੱਗੇ ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਿਓ ਤੇ ਅਗਲੀ ਵਾਰ ਫਿਰ ਤੋਂ ਮਿਲਦੇ ਹਾਂ ਹੋਸਟਲ ਨੰਬਰ 6 ਨੂੰ ਸਬਸਕ੍ਰਾਈਬ ਕਰ ਦਿਓ
ਤੇ ਵਿਰਸਾ ਬਲੌਗਸ ਨੂੰ ਸਬਸਕ੍ਰਾਈਬ ਕਰ ਦਿਓ, ਥੱਲੇ ਡਿਸਕ੍ਰਿਪਸ਼ਨ 'ਚ ਜਾ ਕੇ ਦੇਖਿਓ ਲਿੰਕ ਵੀ ਪਾਏ ਹੋਈਆਂ ਸੀ, ਤੇ ਉਹ ਲਿੰਕਸ 'ਤੇ ਵੀ ਜਾਇਓ, ਤੇ ਸਾਡਾ ਹੋਸਟਲ ਨੰਬਰ 6 ਦਾ ਪੇਜ ਹੈ ਇੰਸਟਾਗ੍ਰਾਮ 'ਤੇ, ਉਹ ਵੀ ਜ਼ਰੂਰ ਫੋਲੋ ਕਰਿਓ, ਤੇ ਇੱਥੇ ਤੁਹਾਨੂੰ ਸਾਰੀ ਅਪਡੇਟ ਮਿਲਦੀ ਰਹੂਗੀ ਇੰਸਟਾਗ੍ਰਾਮ 'ਤੇ, ਮਿਲਦੇ ਹਾਂ ਅਗਲੀ ਵਾਰੀ, ਉਦੋਂ ਤੱਕ ਦੇ ਲਈ ਬਾਏ ਬਾਏ।